ਭਾਰਤ ਸਰਕਾਰ ਦੀ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਵੱਲੋਂ ਪੰਜਾਬ ਦੇ ਅਧਿਕਾਰੀਆਂ ਅਤੇ ਆਮ ਜਨਤਾ ਨਾਲ ਪੰਜਾਬ ਭਵਨ ਵਿੱਚ ਇੱਕ ਬੈਠਕ ਕੀਤੀ ਗਈ, ਜਿਸ ਵਿੱਚ ਪੰਜਾਬ ਵਿੱਚ ਐਸਸੀ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ ਗਿਆ ਅਤੇ ਨਾਲ ਹੀ ਕੁਝ ਅੰਕੜੇ ਵੀ ਪੇਸ਼ ਕੀਤੇ ਗਏ, ਜਿਸ ਵਿੱਚ ਪੰਜਾਬ ਦੇ ਪਿਛਲੇ 3 ਸਾਲਾਂ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਪੁਲਿਸ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਐਸਸੀ ਵਰਗ ਕੇ ਜੋ ਡਿਵੈਲਪਮੈਂਟ ਕੇ ਇਸ਼ੂ ਹੈ, ਡਿਵੈਲਪਮੈਂਟ ਮੇਂ ਐਜੂਕੇਸ਼ਨ ਹੈ, ਹੈਲਥ ਹੈ, और उसके जो डेवलपमेंट पे प्रधानमंत्री आवास योजना है, स्वच्छता है, एजुकेशन है, स्कॉलरशिप है, कई ऐसे डेवलपमेंट के इशू पर डिस्कशन हुआ है जो चीफ सेक्रेटरी हैं और उनके अदर सेक्रेटरी के साथ। इसी तरह पुलिस के जो केसेस हैं, पुलिस से रिलेटेड केस हैं, विशेष रूप से मर्डर हैं, रेप हैं, उनमें जो SC ST लगनी चाहिए पंजाब पुलिस ने वो नहीं लगाई है। फॉर ऑल अपडेटेड न्यूज प्लीज सब्सक्राइब AVA न्यूज एंड रिंग द बेल।